ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਕਰਨੈਲ ਕੌਰ, ਸੀਨੀਅਰ ਕੰਸਲਟੈਂਟ, ਅਮਨਦੀਪ ਕਮਲ ਹੋਸਪਿਟਲ ਤਰਨ ਤਾਰਨ ਵਿਖੇ ਜਨਾਨਾ ਰੋਗਾਂ ਦੇ ਮਾਹਰ ਵਜੋਂ ਪਿਛਲੇ 35 ਸਾਲ ਤੋਂ ਆਪਣੀਆਂ ਸਰਵਿਸਿਸ ਨਿਭਾ ਰਹੀ ਹਾਂ। ਅੱਜ ਮੈਂ ਇੱਕ ਤੁਹਾਡੇ ਸਾਹਮਣੇ ਬਹੁਤ ਹੀ ਕੋਮਨ ਪ੍ਰੋਬਲਮ ਜੋ ਲੇਡੀਜ਼ ਨੂੰ ਆਉਂਦੀ ਆ ਉਹਦੇ ਬਾਰੇ ਇੱਕ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਹਾਜ਼ਰ ਹੋਈ ਹਾਂ। ਜਿਵੇਂ ਕਿ ਬਲੀਡਿੰਗ ਪਰ ਵਜਾਈਨਮ, ਲੇਡੀਜ਼ ਨੂੰ ਇਹ ਬਹੁਤ ਹੀ ਕੋਮਨ ਪ੍ਰੋਬਲਮ ਹੈ। ਕਿਸੇ ਵੀ ਟਾਈਮ ਇਰੈਗੂਲਰਲੀ ਬਲੀਡਿੰਗ ਹੋਣਾ, ਉਹਦੇ ਵੱਖਰੇ ਵੱਖਰੇ ਕੀ ਕਾਰਨ ਹੋ ਸਕਦੇ ਨੇ, ਕੀ ਉਹਦੇ ਵਾਸਤੇ ਕਰਨਾ ਚਾਹੀਦਾ, ਸੋ ਮੈਂ ਇਹਦੇ ਬਾਰੇ ਤੁਹਾਨੂੰ ਥੋੜ੍ਹੀ ਜਾਣਕਾਰੀ ਦੇਣਾ ਚਾਹੁੰਦੀ ਹਾਂ। ਸੋ ਜਦੋਂ ਕਿਸੇ ਵੀ ਮਰੀਜ਼ ਨੂੰ ਬਲੀਡਿੰਗ ਹੁੰਦੀ ਹੈ ਫਰੋਮ ਵਜਾਈਨਾ, ਉਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਇਹਦਾ ਕਾਰਨ ਕੀ ਹੈ। ਸੋ ਕਾਰਨ ਡਿਪੈਂਡਿੰਗ ਅਪੋਨ ਦਾ ਏਜ ਗਰੁੱਪ ਡਿਫਰੈਂਟ ਟਾਈਪ ਦੇ ਹੁੰਦੇ ਨੇ। ਰੀਪ੍ਰੋਡਕਟਿਵ ਏਜ ਗਰੁੱਪ ਦੇ ਵਿੱਚ ਮੈਰਿਡ ਵੂਮਨ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਪ੍ਰੈਗਨੈਂਸੀ ਰੂਲ ਆਊਟ ਕਰਨੀ ਚਾਹੀਦੀ ਹੈ। ਸੋ ਇਹ ਅਵੇਅਰਨੈਸ ਇਸ ਲਈ ਜ਼ਰੂਰੀ ਹੈ ਕਿ ਸਮਟਾਈਮਸ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪੀਰੀਅਡ ਓਵਰ ਨਹੀਂ ਹੋਏ, ਓਵਰ ਡੇਜ਼ ਨਹੀਂ ਹੈਗੇ, ਅਤੇ ਇਹਦਾ ਮਤਲਬ ਪ੍ਰੈਗਨੈਂਸੀ ਨਹੀਂ ਹੈਗੀ। ਕਈ ਵਾਰ ਇਹ ਹੁੰਦਾ ਹੈ ਕਿ ਵੁਮਨ ਨੋਰਮਲ ਮਾਸਿਕ ਵੀ ਉਹਨੂੰ ਬਲੀਡਿੰਗ ਹੁੰਦੀ ਰਹਿੰਦੀ ਹੈ, ਬਟ ਐਟ ਦ ਸੇਮ ਟਾਈਮ ਉਹਨੂੰ ਪ੍ਰੈਗਨੈਂਸੀ ਵੀ ਹੁੰਦੀ ਹੈ। ਸੋ ਜਦੋਂ ਵੀ ਇਸ ਏਜ ਗਰੁੱਪ ਦੇ ਵਿੱਚ ਯੰਗ ਵੁਮਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਬਲੀਡਿੰਗ ਪ੍ਰੋਬਲਮ ਹੁੰਦੀ ਹੈ ਤਾਂ ਤੁਹਾਨੂੰ ਇਮੀਡੀਏਟਲੀ ਆਪਣੇ ਗਾਇਨੀਕੋਲੋਜਿਸਟ ਨੂੰ ਅਪਰੋਚ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਪ੍ਰੈਗਨੈਂਸੀ ਰੂਲ ਆਊਟ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਕੋਈ ਹਿਸਟਰੀ, ਜਿਵੇਂ ਅੱਜ ਕੱਲ੍ਹ ਬਹੁਤ ਹੀ ਕਾਮਨ ਹੈ ਅਬੋਰਸ਼ਨ ਕਿੱਟ, ਸੋ ਤੁਹਾਨੂੰ ਹਰ ਇੱਕ ਪੇਸ਼ੈਂਟ ਨੂੰ ਆਪਣੇ ਡਾਕਟਰ ਨੂੰ ਇਹ ਖੁੱਲ੍ਹ ਕੇ ਦੱਸਣਾ ਚਾਹੀਦਾ ਹੈ ਕਿ ਮੈਨੂੰ ਅਗਰ ਡੇਜ਼ ਓਵਰ ਹੋਏ ਸੀ ਤਾਂ ਮੈਂ ਅਬੋਰਸ਼ਨ ਕਿੱਟ ਲਈ ਹੋਈ ਹੈ। ਸੋ ਵਟ ਹੈਪਨਸ ਵਿਦ ਅਬੋਰਸ਼ਨ ਕਿੱਟ, ਇਹ ਹੁੰਦਾ ਹੈ ਕਿ ਅਸੀਂ ਜਦੋਂ ਅਬੋਰਸ਼ਨ ਕਿੱਟ ਲੈਂਦੇ ਹਾਂ ਤਾਂ ਉਹਦੇ ਨਾਲ ਸਮਟਾਈਮਸ ਕੰਪਲੀਟ ਸਫਾਈ ਅੰਦਰੋਂ ਨਹੀਂ ਹੁੰਦੀ, ਕੁਛ ਨਾ ਕੁਛ ਬੱਚਾਦਾਨੀ ਦੇ ਵਿੱਚ ਅੰਦਰ ਰਹਿ ਜਾਂਦਾ ਜਿਹਦੇ ਕਰਕੇ ਬਲੀਡਿੰਗ ਹੁੰਦੀ ਰਹਿੰਦੀ ਹੈ। ਸੋ ਇਹੋ ਜਿਹੇ ਕੇਸਿਸ ਦੇ ਵਿੱਚ ਸਾਨੂੰ ਅਲਟਰਾਸਾਊਂਡ ਕਰਕੇ ਪਤਾ ਚੱਲਦਾ ਕਿ ਇਹਦੇ ਕੰਪਲੀਟ ਅਬੋਰਸ਼ਨ ਨਹੀਂ ਹੋਈ। ਸੋ ਇਹੋ ਜਿਹੇ ਪੇਸ਼ੈਂਟਸ ਨੂੰ ਅਬੋਰਸ਼ਨ ਦੀ DNC ਦੀ ਜ਼ਰੂਰਤ ਹੁੰਦੀ ਹੈ। ਉਸ ਤੋਂ ਬਾਅਦ ਕਈ ਲੋਕਲ ਕੌਜ਼ ਹੁੰਦੇ ਨੇ ਬੱਚਾਦਾਨੀ ਦੇ ਮੂੰਹ 'ਤੇ ਸਮਟਾਈਮਸ ਕੋਈ ਪੋਲਿਪ ਬਣ ਜਾਂਦਾ, ਜਿਹੜਾ ਕਿ ਇੱਕ ਨੋਰਮਲ ਮਾਸ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਮਾਸ ਦਾ ਟੁਕੜਾ ਜਿਹਾ ਬਣ ਜਾਂਦਾ ਬੱਚਾਦਾਨੀ ਦੇ ਮੂੰਹ 'ਤੇ, ਔਰ ਉੱਥੋਂ ਬਲੀਡਿੰਗ ਹੁੰਦੀ ਰਹਿੰਦੀ ਹੈ। ਜਾਂ ਬੱਚਾਦਾਨੀ ਦੇ ਮੂੰਹ 'ਤੇ ਕਈ ਵਾਰੀ ਜ਼ਖਮ ਬਣ ਜਾਂਦੇ ਨੇ ਜਿਹੜੇ ਬਲੀਡ ਕਰਦੇ ਰਹਿੰਦੇ ਨੇ ਡਿਊ ਟੂ ਕੋਈ ਕਰੋਨਿਕ ਇਨਫੈਕਸ਼ਨ ਹੋ ਜਾਂਦੀ ਹੈ ਵਜਾਈਨਾ ਦੇ ਵਿੱਚ। ਉਸ ਤੋਂ ਬਾਅਦ ਫਿਰ ਯੂਟਰਸ ਦੇ ਵਿੱਚ ਕੋਈ ਰਸੌਲੀ ਹੋ ਸਕਦੀ ਹੈ, ਜਿਹੜੀ ਬੱਚਾਦਾਨੀ ਦੇ ਅੰਦਰ ਵੀ ਹੋ ਸਕਦੀ ਹੈ, ਬੱਚਾਦਾਨੀ ਦੇ ਵਾਲਸ ਦੇ ਵਿੱਚ ਵੀ ਹੋ ਸਕਦੀ ਹੈ, ਜਾਂ ਬੱਚਾਦਾਨੀ ਦੇ ਵਿੱਚ ਵੀ ਕੋਈ ਪੋਲਿਪ ਹੋ ਸਕਦਾ ਆ, ਜਾਂ ਫਿਰ ਉਸ ਤੋਂ ਬਾਅਦ ਕੋਈ ਓਵਰੀ ਦੀ ਪ੍ਰੋਬਲਮ ਹੋ ਸਕਦੀ ਹੈ ਜਿਹਨੂੰ ਕਿ ਅਸੀਂ ਅੰਡਾਦਾਨੀ ਕਹਿੰਦੇ ਹਾਂ। ਅਗਰ ਅੰਡਾਦਾਨੀ ਦੇ ਵਿੱਚ ਕੋਈ ਪਾਣੀ ਵਾਲੀ ਰਸੌਲੀ ਵੱਡੀ ਬਣ ਜਾਂਦੀ ਹੈ, ਉਹਦੇ ਕਰਕੇ ਵੀ ਇਰੈਗੂਲਰ ਬਲੀਡਿੰਗ ਲੇਡੀਜ਼ ਨੂੰ ਹੋ ਸਕਦੀ ਹੈ। ਇਸ ਤੋਂ ਬਿਨਾਂ ਕਈ ਸਿਸਟੈਮਿਕ ਕੌਜ਼ਸ ਵੀ ਹੁੰਦੇ ਨੇ, ਖੂਨ ਦਾ ਘੱਟ ਹੋਣਾ ਪੇਸ਼ੈਂਟ ਨੂੰ, ਜਾਂ ਕੋਈ ਸਿਸਟੈਮਿਕ ਜਿਵੇਂ ਕੋਈ ਟਿਊਬਰਕਲੋਸਿਸ ਪੇਟ ਦੀ ਹੋਣੀ, ਜਾਂ ਬੱਚਾਦਾਨੀ ਦੀ ਹੋਣੀ, ਜਾਂ ਕੋਈ ਬਲੀਡਿੰਗ ਡਿਸਆਰਡਰਸ ਹੁੰਦੇ ਨੇ, ਕੋਈ ਖੂਨ ਦੇ ਵਿੱਚ ਇਹੋ ਜਿਹੇ ਤੱਤ ਘੱਟ ਜਾਂਦੇ ਨੇ ਜਿਹਦੇ ਕਰਕੇ ਬਲੀਡਿੰਗ ਸ਼ੁਰੂ ਹੋ ਸਕਦੀ ਹੈ। ਸੋ ਡਿਪੈਂਡਿੰਗ ਅਪੋਨ ਦਾ ਕੌਜ਼, ਪਹਿਲਾਂ ਉਹਨੂੰ ਤੁਸੀਂ ਆਪਣੇ ਡਾਕਟਰ ਨੂੰ ਮਿਲੋ, ਡਾਕਟਰ ਨੂੰ ਮਿਲ ਕੇ ਉਹਦਾ ਕਾਰਨ ਕੀ ਹੈ ਇਹ ਲੱਭਿਆ ਜਾਵੇ, ਉਸ ਤੋਂ ਬਾਅਦ ਫਿਰ ਸਪੈਸੀਫਿਕ ਕਾਰਨ ਦੀ ਸਪੈਸੀਫਿਕ ਟ੍ਰੀਟਮੈਂਟ ਦੇਣ ਦੇ ਨਾਲ ਤੁਸੀਂ ਇਸ ਪ੍ਰੋਬਲਮ ਤੋਂ ਛੁਟਕਾਰਾ ਪਾ ਸਕਦੇ ਹੋ। ਸੋ ਇਹੋ ਜਿਹੀ ਅਗਰ ਕਿਸੇ ਵੀ ਲੇਡੀ ਨੂੰ ਕੋਈ ਪ੍ਰੋਬਲਮ ਹੈ, ਅਸੀਂ ਇੱਥੇ ਅਮਨਦੀਪ ਕਮਲ ਹੋਸਪਿਟਲ ਵਿੱਚ 24 hours ਪ੍ਰੈਜੈਂਟ ਰਹਿੰਦੇ ਹਾਂ। ਸਾਡੇ ਕੋਲ ਇੱਥੇ ਅਲਟਰਾਸਾਊਂਡ ਦੀ ਵੀ ਫੈਸਿਲਿਟੀ ਹੈ, ਅਸੀਂ ਟ੍ਰਾਂਸਵਜਾਈਨਲ ਅਲਟਰਾਸਾਊਂਡ ਵੀ ਕਰਦੇ ਹਾਂ। ਸੋ ਅਗਰ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਉਹ ਜ਼ਰੂਰ ਆਪਣੀਆਂ ਇੱਥੇ ਆ ਕੇ ਸਰਵਿਸਿਜ਼ ਲੈ ਸਕਦੇ ਨੇ।
ਐਂਡ ਵੀ ਆਰ ਅਸੀਂ ਰਾਊਂਡ ਦਾ ਕਲੋਕ ਐਮਰਜੈਂਸੀਜ਼ ਵੀ ਡੀਲ ਕਰਦੇ ਹਾਂ। ਥੈਂਕ ਯੂ।